अमृतसर विच एक वड्डा हादसा हुंदे हुंदे बचा हो गया जदों रामगढ़िया गेट दे कोल LPG गैस लीक हो गई। दस दी कि रामगढ़िया गेट दे कोल गुजरात गैस कंपनी वल्लों LPG दी गैस दी पाइपा पाउण दा काम कीता जा रहा सी ते डिच मशीन नाल जमीन दी खुदाई की जा रही सी। खुदाई दौरान गैस पाइप लीक हो गई जिस दे चलदे इलाका वासियां विच डर दा माहौल पैदा हो गया। मौके ते पहुंचे पुलिस अधिकारियों ने इसकी सूचना दी तां दमकल विभाग नूं भी सूचित किया गया। इस मौके चश्मदीद गवाह ने दस्सिया कि रामगढ़िया गेट दे कोल खुदाई दा काम चल रहा सी। इस दे चलदे खुदाई दे दौरान गैस पाइप लीक हो गई। पुलिस अधिकारियों ने मौके ते पहुंच के आले दुआले दीआं दुकानां बंद कर दित्तियां। चश्मदीद गवाह ने दस्सिया कि गैस कंपनी के अधिकारी काफी देरी नाल पहुंचे। दमकल विभाग ते पुलिस अधिकारियों वल्लों मौके सिर काबू पा लिया गया, नहीं तो शहर दे विच कोई वड्डा हादसा हो सकता सी। उन्होंने प्रशासन दे अगे अपील की है कि अजिहे काम पूरे ध्यान दे नाल कीते जाण। ਭਾਈ ਰਮਨ ਕੁਮਾਰ ਮੇਰਾ ਨਾਮ ਆ। ਠੀਕ ਹੈ ਮਸਲਾ ਜਿਹੜਾ ਚਾਟੀਵਨ ਗੇਟ ਤੇ ਗਿਆ ਭਾਈ, ਇਹ ਮਸ਼ੀਨ ਚੱਲਦੀ ਪਈ ਹੈ ਮਿੱਟੀ ਪੁੱਟਣ ਵਾਲੀ, ਉਹਦਾ ਮਾੜੀ ਕੇ ਲੱਗਣ ਦੇ ਨਾਲ ਯਕਦਮ ਧਮਾਕਾ ਜਿਹਾ ਹੋਇਆ ਵਾ। ਧਮਾਕਾ ਹੋਣ ਦੇ ਨਾਲ ਆਪਾਂ ਸਾਰੇ ਡਹਿਲ ਗਏ, ਅੱਗੇ ਹੋ ਗਿਆ ਪਾ ਪਤਾ ਨਹੀਂ ਕੀ ਹੋ ਗਿਆ। ਜਾ ਕੇ ਦੇਖਿਆ ਤਾਂ ਗੈਸ ਦੀ ਪੈਪ ਲੀਕ ਕਰਨ ਲੱਗ ਪਈ ਸੀ। ਗੈਸ ਦੀ ਪੈਪ ਇੰਨੀ ਕੁ ਲੀਕ ਕੀਤੀ, ਇੰਨੀ ਕੁ ਸਮੈਲ ਸੀ ਤਾਂ ਖਲੋਤਾ ਨਹੀਂ ਜਾਂਦਾ ਪਿਆ। ਫੜਾ ਪੁਲਿਸ ਅਧਿਕਾਰੀ ਆਏ ਨੇ, ਉਹਨਾਂ ਨੇ ਨਾਲ ਫੜਾਫੜ ਦੁਕਾਨਾਂ ਨੂੰ ਬੰਦ ਕਰਾਇਆ ਗਿਆ ਵਾ ਅਤੇ ਰਸਤੇ ਬਲੌਕ ਕੀਤੇ ਗਏ ਨੇ ਉਹਦੇ ਨਾਲ, ਕਿਉਂ ਗੱਡੀਆਂ ਗੁੱਡੀਆਂ ਲੰਘਦੀਆਂ, ਕਹਿੰਦੇ ਕੋਈ ਵੀ ਹਾਦਸਾ ਨਾ ਹੋ ਜਾਵੇ। ਅਤੇ ਉੱਧਰ ਫਾਇਰ ਬ੍ਰਿਗੇਡ ਵਾਲੇ ਵੀ ਉਸੇ ਟਾਈਮ ਪਹੁੰਚ ਗਏ ਨੇ, ਆਪਾਂ 5 ਮਿੰਟਾਂ 'ਚ ਉਹ ਪਹੁੰਚ ਗਏ ਨੇ। ਜਿਹੜੇ ਗੈਸ ਅਧਿਕਾਰੀ ਆ ਉਹ 1 ਘੰਟੇ ਬਾਅਦ ਆਏ ਨੇ। ਅਤੇ ਇੱਥੇ ਕੋਈ ਵੀ ਨੁਕਸਾਨ ਕੋਈ ਵੀ ਹੋ ਸਕਦਾ ਸੀ। ਹੁਣ ਮਹਾਂ ਮਾਲਕ ਦੀ ਕਿਰਪਾ ਸੀ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਕਿਰਪਾ ਰਹੀ ਵੀ ਸਾਰਾ ਵਿਚਾਰ ਰਿਹਾ ਵਾ। ਅਪੀਲ ਵੀ ਕਰਨਾ ਚਾਹੁੰਦੇ ਪ੍ਰਜਾ, ਅਪੀਲ ਇਹ ਕਰਨਾ ਚਾਹੁੰਦੇ ਹਾਂ ਵੀ ਇਸ ਇਹੋ ਕੰਮਾਂ 'ਤੇ ਗੌਰ ਕੀਤੀ ਜਾਵੇ, ਕੋਈ ਕੋਈ ਕਿਸੇ ਗਾਂ ਕੋਈ ਨੁਕਸਾਨ ਨਾ ਹੋਵੇ ਜਾਵੇ, ਕੋਈ ਜ਼ਿੰਮੇਵਾਰ ਹੋਣਾ ਚਾਹੀਦਾ ਵਾ। ਹਾਂਜੀ ਭਾਅ ਜੀ, ਕੀ ਨਾਮ ਜਨਾਬ ਤੁਹਾਡਾ? ਗੁਰਪ੍ਰੀਤ ਸਿੰਘ। ਸਰ ਕੀ ਕਹਿਣਾ ਚਾਹੁੰਦੇ ਹੋ, ਕੀ ਹੋਇਆ ਤਾਂ ਕਿਹੜੇ ਚੌਂਕ ਦੇ ਵਿੱਚ ਗੈਸ ਪੈਪ ਲਾਈਨ ਲੀਕ ਹੋਈ ਆ? ਰਾਮਗੜੀਆ ਗੇਟ ਦੇ ਵਿੱਚ। ਹਾਂਜੀ, ਇਹਦਾ ਹੁਣ ਗੈਸ ਵਾਲਿਆਂ ਨੂੰ ਚਾਹੀਦਾ ਭਾਅ ਜੀ, ਇੱਥੇ ਖੜਨ। ਉਹ ਆਖੀ ਜਾਂਦੇ ਸਵੇਰ ਦੇ ਆਟੇ ਲਾਗੇ ਤਾਂ ਕੋਈ ਹੈ ਨਹੀਂ ਆ ਭਾਜੀ, ਹੁੰਦੀ ਹੈ ਇਹਨੂੰ ਜਿੰਨਾ ਦੀਆਂ ਥੱਲੇ ਨਿਕਲਦੀਆਂ ਨਾ, ਉਹ ਇੱਥੇ ਖੜੇ ਆ ਤਾਰਾਂ ਨਿਕਲਦੀਆਂ। ਹੁਣ ਗੈਸ ਪੈਪ ਦਾ ਸਾਨੂੰ ਦੱਸਣਗੇ, ਤੁਹਾਨੂੰ ਪਤਾ ਲੱਗੀ ਇੱਥੇ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਦੀ ਗਨੇਲੀ ਨਾਲ ਕੰਮ ਹੋ ਗਿਆ। ਅੱਛਾ ਜੀ, ਨਾ ਉਹ ਗਨੇਲੀ ਕਰਦੇ ਤਾਂ ਨਾ ਇਹ ਕੰਮ ਹੁੰਦਾ। ਲੱਗਦਾ ਕੋਈ ਵੱਡੀ ਘਟਨਾ ਹੋ ਸਕਦੀ ਸੀ? ਹੋ ਸਕਦੀ, ਹੋ ਗਈ ਨਹੀਂ ਸਕਦੀ, ਇਹ ਤਾਂ ਪੱਕੀ ਹੋਣੀ ਹੈ। ਤਾਂ ਇਹਨਾਂ ਦੀ ਨਿਕਾਲੀ ਕਰਨ ਹੋਇਆ ਜੀ? ਇਹ ਵੀ ਹੋਇਆ, ਹੋਰ ਕੀ ਹੋ ਸਕਦਾ ਭਾਈ, ਦੱਸ ਦਿੰਦੇ ਆ ਕੇ ਤੇ ਪਤਾ ਲੱਗ ਜਾਂਦਾ। ਕਿੰਨੇ ਟਾਈਮ ਬਾਅਦ ਪਹੁੰਚੇ ਨੇ ਜੀ ਇਹ? ਇਹ ਤਾਂ ਮੇਰੇ ਹਿਸਾਬ ਨਾਲ ਅੱਧਾ ਪੌਣਾ ਘੰਟੇ ਬਾਅਦ ਆਏ ਹੋਣੇ, ਜਦੋਂ ਗੈਸ ਪੈਪ ਪੜ ਗਈ ਉੱਤੋਂ। ਅੱਛਾ ਜੀ, ਉਹ ਤੋਂ ਬਾਅਦ ਆਏ ਹੋਣੇ, ਸਵੇਰ ਦਾ ਤਾਂ ਕੋਈ ਨਹੀਂ ਹੈਗਾ ਸਾਡੇ ਨਾਲ। ਤਾਂ ਤੁਹਾਡੇ ਵੱਲੋਂ ਗੈਸ ਪੈਪ ਲੈਣ ਕਿਸ ਤਰ੍ਹਾਂ ਠੀਕ ਕੀਤੀ ਗਈ ਜਦੋਂ ਉਹ ਬਹੁਤ ਸਾਰਾ ਜਿਹੜਾ ਪ੍ਰੈਸ਼ਰ ਆ ਬਾਹਰ ਆ ਗਿਆ? ਉਹ ਵਾਲ ਬੰਦ ਕਰਕੇ ਆਏ ਆਪਾਂ। ਅੱਛਾ ਜੀ, ਗੈਸ ਪੈਪ ਵਾਲੇ ਆਏ, ਇਹਨਾਂ ਵਾਲ ਬੰਦ ਕੀਤਾ, ਉੱਥੋਂ ਤੋਂ ਗੈਸ ਬੰਦ ਹੋ ਗਈ। ਹਾਂਜੀ, ਲੱਗਦਾ ਕਿ ਕੋਈ ਵੱਡੀ ਘਟਨਾ ਅੱਜ ਹੋ ਸਕਦੀ ਕਿ ਕੋਈ ਬਹੁਤ ਵੱਡੀ ਹੋਈ ਸਕਦੀ, ਕਿਉਂਕਿ ਰੋਡ ਤਾਂ ਚੱਲਣ ਰਿਹਾ ਹੈ। ਫਿਰ ਉਧਰੋਂ ਢਾਬੇ ਵੀ ਬੰਦ ਕਰਾਏ, ਉਹਨਾਂ ਦੇ ਵੀ ਗੈਸ ਬਾਰੇ, ਉਹਨਾਂ ਦਾ ਵੀ ਬੰਦ ਬੁੰਦ ਕਰਾਇਆ ਸਭ ਕੁਝ। ਉਧਰੋਂ ਰੋਡ ਚੱਲਣ ਰਿਹਾ ਹੈ, ਰੋਡ ਚੱਲਦੇ ਦੇ ਵਿੱਚ ਤੁਹਾਨੂੰ ਪਤਾ ਕੋਈ ਨਾ ਕੋਈ ਘਟਨਾ ਹੋ ਹੀ ਸਕਦੀ। ਇਸ ਕਰਕੇ ਅਜੀ ਅਫਸਰ ਆਣ ਤਾਂ ਤੁਸੀਂ ਵੀ ਇੱਥੇ ਪਹੁੰਚੇ ਹੋ ਜੀ, ਤੁਹਾਨੂੰ ਤਾਂ ਪਤਾ ਲੱਗ ਹੀ ਚੁੱਕਾ ਹੁੰਦਾ। ਨਹੀਂ ਭਾਜੀ, ਆ ਰਹੇ ਅਫਸਰ ਆ ਰਹੇ, ਤਾਂ ਤੁਸੀਂ ਦੱਸੋ ਤੁਸੀਂ ਵੀ ਆਪਣੇ ਮੁਲਾਜ਼ਮਾਂ ਦੇ ਕੋਲ ਪਹੁੰਚੇ ਹੋ, ਕੀ ਦੱਸਿਆ ਗਿਆ ਇਹਨਾਂ ਦੇ ਵੱਲੋਂ? ਮੈਂ ਤਾਂ ਵੈਸੇ ਦੂਜੇ ਡਿਪਾਰਟਮੈਂਟ ਤੋਂ ਆ ਰਹੇ। ਅੱਛਾ ਜੀ, ਤਾਂ ਤੁਸੀਂ ਪੈਪ ਲਾਈਨ ਦੇ ਮੁਲਾਜ਼ਮ ਨਹੀਂ? ਮੈਂ ਦੂਜੇ ਡਿਪਾਰਟਮੈਂਟ। ਕਿਹੜੇ ਡਿਪਾਰਟਮੈਂਟ ਦਾ? ਦੂਜਾ ਹੀ ਹੈ ਦਾ ਫਾਈਲ ਦਾ ਹੀ ਹੈ। ਤੁਸੀਂ ਪੈਪ ਲਾਈਨ ਦੇ ਇਹਨਾਂ ਡਿਪਾਰਟਮੈਂਟ ਤੋਂ? ਹਾਂਜੀ, ਪਰ ਦੱਸੋ ਨਾ ਸਰ ਕੀ ਹੈ ਰਹੀ ਇਹਦੇ ਕੋਲ? ਕਿਹੜੇ ਡਿਪਾਰਟਮੈਂਟ ਤੋਂ ਆ ਭਾਈ? ਸਰ ਡਿਊਟੀ ਲੱਗੀ ਆ, ਤੁਸੀਂ ਇੱਥੇ ਆਣ ਕੇ ਕੀ ਦੇਖਿਆ? ਭਾਜੀ ਦੱਸਣਗੇ ਅਫਸਰ ਆ ਰਹੇ ਨੇ। ਤਾਂ ਇਹਨਾਂ ਮੁਲਾਜ਼ਮਾਂ ਨੇ ਦੱਸਿਆ ਜਿਹੜੇ ਕੰਮ ਕਰ ਰਹੇ ਨੇ ਵਾਟਰ ਸਪਲਾਈ ਦੀਆਂ ਪੈਪਾਂ ਪਾ ਰਹੇ ਨੇ ਜਿਹੜੇ। ਉਸ ਨੂੰ LNT ਕਰ ਰਹੀ ਹੈ। ਇਹਨਾਂ ਦੀ ਅਣਗਹਿਲੀ ਕਰਕੇ ਪੈਪ ਤੁਹਾਡੀ ਪੈਪ ਫਟ ਕੇ ਗਿਆ ਸਰ, ਕੀ ਕਰਨ ਲੱਗੇ? ਕਰ ਰਹੇ ਆ ਭਾਜੀ, ਪੁੱਛ ਰਹੇ ਆ। ਅੰਮ੍ਰਿਤਸਰ ਤੋਂ ਗਗਨ, ਦੈਨਿਕ ਸਵੇਰਾ TV।